ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਤانوں ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਪੁਲਿਸ ਭਰਤੀ 2021 ਸੰਬੰਧੀ ਜਾਣਕਾਰੀ ਦਵਾਂਗੇ ਔਥੈਂਟਿਕ ਜਾਣਕਾਰੀ ਦਵਾਂਗੇ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਅਸੀਂ ਪਾਈ ਸੀ ਜਿਹਦੇ ਵਿੱਚ ਔਥੈਂਟਿਕ ਜਾਣਕਾਰੀ ਤੁਹਾਨੂੰ ਦਿੱਤੀ ਸੀ ਤੇ ਇਹ ਦੋਸਤੋ ਪੰਜਾਬ ਪੁਲਿਸ ਭਰਤੀ 2021 ਸੰਬੰਧੀ ਇੱਕ ਲੈਟਰ ਜਾਰੀ ਕੀਤਾ ਗਿਆ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਤੇ ਸੋਸ਼ਲ ਮੀਡੀਆ ਤੇ ਆ ਰਿਹਾ ਸੀ ਲੈਟਰ ਤੇ ਸਾਡੇ ਤੱਕ ਵੀ ਪਹੁੰਚਿਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਦੋਸਤੋ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਹਦੇ ਵਿੱਚ ਦੋਸਤੋ گورਨਮੈਂਟ ਆਫ ਪੰਜਾਬ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਪੰਜਾਬ ਪੁਲਿਸ ਡਿਪਾਰਟਮੈਂਟ ਨੂੰ ਤੇ ਇਹ ਦੋਸਤੋ ਇਹਦੇ ਵਿੱਚ ਭਰਤੀ ਹੋਣ ਜਾ ਰਹੀ ਆ ਸਬ ਇੰਸਪੈਕਟਰ ਹੈਡ ਕਨਸਟੇਬਲ ਕਨਸਟੇਬਲ ਤੇ ਸਪੈਸ਼ਲਾਈਜ਼ਡ سپورਟ ਸਟਾਫ ਇਹਨਾਂ ਨਾ ਪੋਸਟਾਂ ਲਈ ਭਰਤੀ ਹੋਣ ਜਾ ਰਹੀ ਆ ਤੇ ਡੀਜੀਪੀ ਪੰਜਾਬ ਜੀ ਨੇ ਇੱਕ ਵੱਖਰੇ ਵੱਖਰੇ ਬੋਰਡ ਤਿਆਰ ਕੀਤੇ ਨੇ ਵੱਖਰੇ ਵੱਖਰੇ ਕਾਟਰ ਦੀ ਭਰਤੀ ਦੇ ਲਈ ਤੇ ਉਹਦੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਸਭ ਤੋਂ ਪਹਿਲਾਂ ਇਹਨਾਂ ਨੇ ਸਬ ਇਨਸਪੈਕਟਰ ਡਿਸਟ੍ਰਿਕਟ ਕਾਟਰ ਦਾ ਇੱਕ ਬੋਰਡ ਤਿਆਰ ਕੀਤਾ ਜਿਹਦੇ ਵਿੱਚ ਮੇਲ ਤੇ ਫੀਮੇਲ ਦੋਨੋਂ ਹੋਣਗੇ ਤੇ ਇਹਦੇ ਵਿੱਚ ਚੇਅਰ ਪਰਸਨ ਤੇ ਦੋ ਮੈਂਬਰ ਹੋਣਗੇ ਉਸ ਤੋਂ ਬਾਅਦ ਦੋਸਤੋ ਕਾਂਸਟੇਬਲ ਦੇ ਲਈ ਡਿਸਟ੍ਰਿਕਟ ਐਂਡ ਆਰਮਡ ਕਾਟਰ ਦੇ ਵਿੱਚ ਮੇਲ ਐਂਡ ਫੀਮੇਲ ਦੇ ਲਈ ਇੱਕ ਬੋਰਡ ਤਿਆਰ ਕੀਤਾ ਫਿਰ ਉਸ ਤੋਂ ਅੱਗੇ ਸਬ ਇਨਸਪੈਕਟਰ ਐਂਡ ਕਾਂਸਟੇਬਲ ਇੰਟੈਲੀਜੈਂਸ ਦੇ ਵਿੱਚ ਮੇਲ ਐਂਡ ਫੀਮੇਲ ਲਈ ਇੱਕ ਬੋਰਡ ਆ ਉਸ ਤੋਂ ਬਾਅਦ ਦੋਸਤੋ ਸਬ ਇਨਸਪੈਕਟਰ ਐਂਡ ਕਨਸਟੇਬਲ ਟੈਕਨੀਕਲ ਸਰਵਿਸਿਜ਼ ਦੇ ਵਿੱਚ ਮੇਲ ਫੀਮੇਲ ਲਈ ਇੱਕ ਬੋਰਡ ਹੈ ਉਸ ਤੋਂ ਬਾਅਦ ਸਬ ਇਨਸਪੈਕਟਰ ਹੈਡ ਕਨਸਟੇਬਲ ਤੇ ਕਨਸਟੇਬਲ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵਿੱਚ ਮੇਲ ਫੀਮੇਲ ਲਈ ਤੇ ਦੈਨ ਦੋਸਤੋ ਲਾਸਟ ਤੇ ਸਿਵਿਲিয়ান ਸਪੋਰਟ ਸਟਾਫ ਮੇਲ ਐਂਡ ਫੀਮੇਲ ਇਨਾਂ ਦੇ ਲਈ ਵੀ ਇੱਕ ਬੋਰਡ ਤਿਆਰ ਕੀਤਾ ਹੈ ਤੇ ਵੱਖਰੇ ਵੱਖਰੇ ਬੋਰਡ ਤਿਆਰ ਕੀਤੇ ਨੇ ਸਿਵਿਲੀਅਨ ਸਪੋਰਟ ਸਟਾਫ ਦੇ ਵਿੱਚ ਜਿੱਦਾਂ ਕੋਈ ਡਰਾਈਵਰ ਵਗੈਰਾ ਦੀ ਭਰਤੀ ਆ ਸਕਦੀ ਹੈ ਜਾਂ ਹੋਰ ਕੋਈ ਗ੍ਰੇਡ 4 ਦੀ ਭਰਤੀ ਜਿਹੜੀ ਪੰਜਾਬ ਪੁਲਿਸ ਦੀ ਉਹ ਆ ਸਕਦੀ ਆ ਤੇ ਇਸ ਤੋਂ ਇਲਾਵਾ ਦੋਸਤੋ ਕੋਈ ਕਲੈਰੀਕਲ ਵਿੰਗ ਦੀ ਵੀ ਇਹਦੇ ਵਿੱਚ ਆ ਸਕਦੀ ਹੈ ਪੰਜਾਬ ਪੁਲਿਸ ਦੇ ਵਿੱਚ ਇਹ ਵੀ ਤੁਸੀਂ ਧਿਆਨ ਰੱਖਣਾ ਤੇ ਇਹਦੇ ਵਿੱਚ ਇਹਨਾਂ ਨੇ ਸਪੈਸ਼ਲ ਇੱਕ ਹਦਾਇਤ ਕੀਤੀ ਆ ਤੁਸੀਂ ਇੱਥੇ ਦੇਖ ਸਕਦੇ ਹੋ ਅਤੇ ਸਪੈਸ਼ਲ ਮੈਂਸ਼ਨ ਕੀਤਾ ਹੋਇਆ ਆਨਰੇਬਲ ਸੀਐਮ ਹੈਜ਼ ਡਿਜ਼ਾਇਰਡ ਦੈਟ ਦਾ ਰਿਕਰੂਟਮੈਂਟ ਪ੍ਰੋਸੈਸ ਬੀ ਸਟਾਰਟਡ ਵਿਦ ਇਮੀਡੀਏਟ ਇਫੈਕਟ ਕੀ ਸਾਡੇ ਮਾਨਯੋਗ ਸੀਐਮ ਕੈਪਟਨ ਸਾਹਿਬ ਚਾਹ ਰਹੇ ਨੇ ਕਿ ਜਲਦੀ ਤੋਂ ਜਲਦੀ ਜਿਹੜਾ ਭਰਤੀ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਇਸ ਸਬੰਧ ਦੇ ਵਿੱਚ ਬੋਰਡ ਜਿਹੜਾ ਬਣਾਇਆ ਜਾ ਰਿਹਾ ਹੈ ਡੀਜੀਪੀ ਪੰਜਾਬ ਵੱਲੋਂ ਤੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਨੇ ਤੇ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਦਿਖਾ ਦਿੰਨਾ ਇਹਨਾਂ ਨੇ ਦੋਸਤੋ ਜਿਹੜੇ ਬੋਰਡ ਤਿਆਰ ਕੀਤੇ ਨੇ ਇਹਨਾਂ ਤੋਂ 23 ਫਰਵਰੀ 2021 ਤੱਕ ਆਪਣੀ ਕੋਈ ਬਿਉਰਾ ਮੰਗਿਆ ਤੇ 12 ਦੂ 2021 ਦਾ ਇਹ ਲੈਟਰ ਜਿਹੜਾ ਜਾਰੀ ਕੀਤਾ ਹੋਇਆ ਲਗਭਗ 4-5 ਦਿਨ ਪਹਿਲਾਂ ਦਾ ਲੈਟਰ ਜਾਰੀ ਕੀਤਾ ਹੋਇਆ ਤੇ ਉਮੀਦ ਹੈ ਕਿ ਜਿਹੜਾ ਇਹਦੇ ਵਿੱਚ ਜਿਵੇਂ ਲਿਖਿਆ ਕਿ ਜਲਦੀ ਤੋਂ ਜਲਦੀ ਰਿਕਰੂਟਮੈਂਟ ਪ੍ਰੋਸੈਸ ਸਟਾਰਟ ਕੀਤਾ ਜਾਵੇ ਤਾਂ ਉਮੀਦ ਲੱਗ ਰਹੀ ਹੈ ਦੋਸਤੋ ਕੋਈ ਪੱਕਾ ਸ਼ਿਉਰਟੀ ਨਹੀਂ ਹੈਗੀ 100% ਕੋਈ ਸ਼ਿਉਰਟੀ ਨਹੀਂ ਸਿਰਫ ਉਮੀਦ ਹੈ ਅੰਦਾਜ਼ਾ ਕਿ ਮਾਰਚ ਦੇ ਵਿੱਚ ਹੀ ਭਰਤੀ ਜਿਹੜੀ ਕੋਈ ਨੋਟੀਫਿਕੇਸ਼ਨ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਤੇ ਬਾਕੀ ਦੋਸਤੋ ਆਲ ਦੀ ਬੈਸਟ ਸਾਡੇ ਵੱਲੋਂ ਤਿਆਰੀ ਕਰਦੇ ਰਹੋ ਪੇਪਰ ਦੀ ਤਿਆਰੀ ਕਰਦੇ ਰਹੋ ਤੇ ਆਪਣੀ ਰਨਿੰਗ ਵਗੈਰਾ ਕਰਦੇ ਰਹੋ ਸਾਡੇ ਵੱਲੋਂ ਆਲ ਦੀ ਬੈਸਟ ਧੰਨਵਾਦ ਦੋਸਤੋ ਸਾਸਵਿਕਾ